हेलो एवरीवन, वेलकम टू सावल क्लासेस अबोहर। अज दी वीडियो दे विच पीएस टेट दा 2015 दा पंजाबी दा जो सेकंड पेपर है वो आपां डिस्कस करांगे, क्योंकि बहुत सारे स्टूडेंट्स दी जिहड़ी डिमांड रहिंदी है कि एक ਵਧੀਆ ਇੱਕ ਲਿੰਕ ਦੇ ਵਿੱਚ ਜਿਹੜਾ ਹੈ ਉਹ ਪ੍ਰੀਵੀਅਸ ਪੇਪਰ ਕਰਵਾਏ ਜਾਣ। ਤਾਂ ਉਹਨਾਂ ਸਟੂਡੈਂਟਸ ਦੀ ਡਿਮਾਂਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਜੋ ਹੈ ਆਪਾਂ ਪੇਪਰ ਕਰਵਾ ਰਹੇ ਹਾਂ ਜੀ। ਕੁਛ ਪੇਪਰ ਪਹਿਲਾਂ ਅਪਲੋਡ ਹੋ ਚੁੱਕੇ ਹੈ ਔਰ ਕੁਛ ਜਿਹੜੇ ਹੈ ਦੋ ਚਾਰ ਜਿਹੜੇ ਰਹਿੰਦੇ ਆ ਉਹ ਆਪਾਂ ਹੁਣ ਕੰਟੀਨਿਊ ਕਰਾਂਗੇ। ਤਾਂ ਇਸ ਪੇਪਰ ਨੂੰ ਸੋਲਵ ਕਰਨ ਤੋਂ ਪਹਿਲਾਂ ਬਹੁਤ ਹੀ ਖਾਸ ਇਨਫੋਰਮੇਸ਼ਨ ਸਾਰੇ ਸਟੂਡੈਂਟਸ ਲਈ ਹੈ ਕਿ ਸਾਵਲ ਕਲਾਸਿਸ ਮਾਸਟਰ ਕੈਡਰ ਅਤੇ ਪੀ ਐੱਸ ਟੈਟ ਦੇ ਨਾਲ ਨਾਲ ਸੀ ਟੈਟ ਐੱਨ ਟੀ ਏ ਯੂ ਜੀ ਸੀ ਨੈੱਟ ਅਤੇ ਪਟਵਾਰੀ ਪੇਪਰ, ਠੀਕ ਹੈ। ਤਾਂ ਇਹਨਾਂ ਸਾਰਿਆਂ ਦੇ ਹੀ ਕੋਰਸ ਦੇ ਜੋ ਹੈ ਜਾਂ ਕੰਪੀਟੀਸ਼ਨ ਐਗਜ਼ਾਮ ਦੇ ਜੋ ਔਫਲਾਈਨ ਅਤੇ ਔਨਲਾਈਨ ਦੋਨਾਂ ਹੀ ਤਰੀਕਿਆਂ ਤੋਂ ਗਰੁੱਪ ਜਿਹੜੇ ਆ ਸਟਾਰਟ ਕਰ ਚੁੱਕੇ ਹੈ। ਜਿਹੜੇ ਸਟੂਡੈਂਟਸ ਇਹਨਾਂ ਸਾਰੇ ਹੀ ਕੰਪੀਟੀਸ਼ਨ ਦੇ ਵਿੱਚ ਆਪਣਾ ਐਨਰੋਲਮੈਂਟ ਕਰਵਾਉਣਾ ਚਾਹੁੰਦੇ ਹੈ ਔਰ ਪੇਪਰ ਦੀ ਵਧੀਆ ਤਿਆਰੀ ਕਰਨਾ ਚਾਹੁੰਦੇ ਹੈ, ਤਾਂ ਇਹ ਸਾਰੀ ਜਾਣਕਾਰੀ ਲੈਣ ਲਈ ਤੁਸੀਂ ਇਸ ਜੋ ਸਾਹਿਲ ਸਰ ਦੇ ਜੋ ਮੋਬਾਈਲ ਨੰਬਰ ਤੁਸੀਂ ਦੇਖ ਰਹੇ ਹੋ ਇਸ ਮੋਬਾਈਲ ਨੰਬਰ ਦੇ ਉੱਪਰ ਕੰਟੈਕਟ ਕਰਕੇ ਹਰ ਪ੍ਰਕਾਰ ਦੀ ਜਾਣਕਾਰੀ ਲੈ ਕੇ ਜਲਦੀ ਤੋਂ ਜਲਦੀ ਜਿਹੜਾ ਹੈ ਤੁਸੀਂ ਆਪਣੀ ਕੋਚਿੰਗ ਜਿਹੜੀ ਹੈ ਸ਼ੁਰੂ ਕਰ ਸਕਦੇ ਹੋ। ਤਾਂ ਆਓ ਆਪਾਂ ਫਿਰ ਪੰਜਾਬੀ ਦਾ ਪੇਪਰ ਸ਼ੁਰੂ ਕਰਦੇ ਹਾਂ ਜੋ ਕਿ ਇੱਕ ਪੈਰਾਗ੍ਰਾਫ ਦੇ ਨਾਲ ਸ਼ੁਰੂ ਹੁੰਦਾ ਹੈ, ਪੈਰਾ ਰਚਨਾ ਦੇ ਨਾਲ। ਤਾਂ ਇਹ ਪ੍ਰੈਕਟਿਸ ਜਿਹੜੀ ਹੈ ਸਟੂਡੈਂਟਸ ਦੀ ਬੜੀ ਵਧੀਆ ਹੋਣੀ ਚਾਹੀਦੀ ਹੈ ਕਿ ਪੈਰਾਗ੍ਰਾਫ ਪਹਿਲੀ ਗੱਲ ਹੈ ਵੀ ਆਉਂਦਾ ਕਿਉਂ ਪੇਪਰ ਦੇ ਵਿੱਚ, ਕਿ ਜੋ ਅਧਿਆਪਕ ਬਣਨ ਜਾ ਰਿਹਾ ਉਹ ਆਪਣੇ ਕੰਮ ਨੂੰ ਜਾਂ ਜੋ ਵਿਸ਼ਾ ਵਸਤੂ ਹੈ ਉਸਨੂੰ ਠੀਕ ਢੰਗ ਨਾਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਵਧੀਆ ਢੰਗ ਨਾਲ ਉਹਦੀ ਗਹਿਰਾਈ ਦੇ ਵਿੱਚ ਉਸਦੇ ਵਿੱਚ ਭਾਵਾਂ ਨੂੰ ਵਿਚਾਰਾਂ ਨੂੰ, ਠੀਕ ਹੈ, ਉਸਦੀ ਜੋ ਲਿਖਣ ਦਾ ਢੰਗ ਹੈ ਸ਼ੈਲੀ ਹੈ ਉਸਨੂੰ ਸਮਝ ਪਾਉਂਦਾ ਹੈ ਜਾਂ ਨਹੀਂ ਸਮਝ ਪਾਉਂਦਾ, ਇਸੇ ਲਈ ਪੇਪਰ ਦੇ ਵਿੱਚ ਇਹ ਪੈਰਾ ਰਚਨਾ ਆਉਂਦਾ ਹੈ। ਤਾਂ ਇਹ ਸਟੂਡੈਂਟਸ ਦਾ ਜਿਵੇਂ ਕਿ ਮੈਂ ਹੈਲਪ ਕਰਦੇ ਹਾਂ 2 ਮਿੰਟ ਲਗਾ ਕੇ ਮੈਂ ਇਹਨੂੰ ਪੜ੍ਹਾਂ ਔਰ ਤੁਸੀਂ ਵੀ ਨਾਲ ਨਾਲ ਸਮਝਣ ਦੀ ਕੋਸ਼ਿਸ਼ ਕਰੋਗੇ ਔਰ ਉਸਦੇ ਪ੍ਰਸ਼ਨ ਦੇ ਉੱਤਰ ਦੇਣ ਦੀ ਵੀ ਜਿਹੜੀ ਹੈ ਕੋਸ਼ਿਸ਼ ਕਰੋਗੇ। ਤਾਂ ਆਓ ਮੈਂ ਬੜੀ ਸਪੀਡ ਨਾਲ ਇਹ ਪੜ੍ਹਨ ਦੀ ਮੈਂ ਕੋਸ਼ਿਸ਼ ਕਰਾਂ। ਹੇਠ ਲਿਖਿਆ ਕਾਵਿ ਸਤਰਾਂ ਨੂੰ ਧਿਆਨ ਨਾਲ, ਅੱਛਾ ਇਹ ਪ੍ਰਸ਼ਨ ਸੀ, ਜ਼ਿੰਦਗੀ ਜਿੱਥੇ ਜ਼ਿੰਦਗੀ ਦੀਆਂ ਕੀਮਤਾਂ ਸ਼ਖਸੀ ਹਨ ਉੱਥੇ ਹਰ ਕੋਈ ਆਪਣੇ ਹੀ ਸੁੱਖ ਅਤੇ ਨੀਝ ਲਈ ਜੀਵੀ ਜਾਂਦਾ ਹੈ, ਇਸ ਲਈ ਹਰ ਕੋਈ ਰਿਸ਼ਵਤਾਂ ਦੇ ਕੇ ਕੰਮ ਕੱਢਣ, ਧੋਖੇ ਦੇਣ, ਘੱਟ ਤੋਲਣ, ਖੋਟਾ ਵੇਚਣ, ਚੋਰੀਆਂ ਕਰਨ ਅਤੇ ਬੇਵਫਾ ਹੋਣ ਲਈ ਕਦਮ ਕਦਮ ਉੱਤੇ ਪ੍ਰੇਰਿਆ ਜਾਂਦਾ ਹੈ। ਇਹ ਸਾਰੇ ਕੰਮ ਲਾਭਦਾਇਕ ਹਨ, ਇਹਨਾਂ ਤੋਂ ਬਚ ਕੇ ਰਹਿਣਾ ਲਸਾਨੀ ਗੁਣ ਗਿਣਿਆ ਜਾਂਦਾ ਹੈ। ਚੋਰੀ, ਠੱਗੀ, ਬੇਵਫਾਈ ਸਭ ਸਾਡੇ ਧਨ ਵਿੱਚ ਵਾਧਾ ਕਰਦੇ ਹਨ ਅਤੇ ਧਨ ਨਹੀਂ ਕਲੰਕ ਮੰਨਿਆ ਜਾਂਦਾ ਹੈ। ਪਰ ਇਹਨਾਂ ਕਦਰਾਂ ਦਾ ਸਿੱਟਾ ਇਹ ਹੁੰਦਾ ਹੈ ਕਿ ਜ਼ਿੰਦਗੀ ਦੀਆਂ ਉਹ ਰੁਚੀਆਂ ਜਿਹੜੀਆਂ ਸੱਭਿਆਚਾਰ ਦੀਆਂ ਨੀਹਾਂ ਹਨ ਅਮਲ ਵਿੱਚ ਨਹੀਂ ਆਉਂਦੀਆਂ। ਦੋਸਤੀ, ਪਿਆਰ, ਸਦਕੇ ਜਾਣ, ਦੂਜੇ ਦੀ ਖੁਸ਼ੀ ਦੇ ਖਿਆਲ ਤੋਂ ਮਨੁੱਖੀ ਰੂਹ ਵਾਂਝੀ ਰਹਿੰਦੀ ਹੈ ਅਤੇ ਉਹਦੇ ਡੂੰਘੇ ਸੋਮੇ ਰਵਾਂ ਨਹੀਂ ਹੁੰਦੇ। ਜ਼ਿੰਦਗੀ ਦਾ ਚਸ਼ਮਾ ਡੱਕੋ ਡੱਕ ਨਹੀਂ ਭਰਦਾ, ਇਸ ਕਰਕੇ ਭਰਪੂਰਤਾ ਦੀ ਤਾਂਘ ਮਨੁੱਖੀ ਹਿਰਦੇ ਵਿੱਚ ਸਦਾ ਤੜਫਦੀ ਰਹਿੰਦੀ ਹੈ ਅਤੇ ਮਨੁੱਖ ਅੱਕੀ ਪਲਾਹੀ ਹੱਥ ਮਾਰਦਾ ਆਪਣੇ ਚੋਲੋਂ ਉਖੜਿਆ ਰਹਿੰਦਾ ਹੈ ਅਤੇ ਅਸਮਾਨੀ ਕਵੀਆਂ ਨਾਲ ਧੁੱਪ ਅਤੇ ਪੱਤਾ ਪੱਤਾ ਨਿਖਰਨ ਦੇ ਸਵਾਦ ਲਈ ਕਰਾਰ ਰਹਿੰਦਾ ਹੈ। ਜਦੋਂ ਸ਼ਖਸੀ ਨਿਵੇਕਲਤਾ ਦੀਆਂ ਉਜਾੜਾਂ ਵਿੱਚ ਲੰਘ ਕੇ ਮਨੁੱਖਤਾ ਮਿਲਵਰਤਨ ਦੇ ਚਮਨਾਂ ਵਿੱਚ ਪੁੱਜ ਜਾਂਦੀ ਹੈ ਉਦੋਂ ਮਨੁੱਖੀ ਰਿਸ਼ਤਿਆਂ ਵਿੱਚ ਵਾਧੇ ਦਾ ਕੋਈ ਅੰਤ ਨਹੀਂ ਰਹਿੰਦਾ। ਨਿਤ ਨਵੇਂ ਜੀਵਨ ਸੋਮੇ ਫੁੱਟਦੇ ਜੀਵਨ ਪਾਣੀਆਂ ਦੀਆਂ ਤਹਿਾਂ ਵਿੱਚੋਂ ਮੋਤੀ ਉੱਭਰ ਆਉਂਦੇ ਹਨ। ਜ਼ਿੰਦਗੀ ਆਪਣੀਆਂ ਜਾਦੂ ਤੰਦਾਂ ਨਾਲ ਸਾਰੇ ਮਨੁੱਖਤਾ ਨੂੰ ਜੋੜ ਦਿੰਦੀ ਹੈ। ਜਿੰਨਾ ਵਿਸ਼ਾਲ ਇਹ ਜੋੜ ਮੇਲਾ ਜਾਂ ਜੋੜ ਮੇਲ, ਉਹਨਾਂ ਦੀ ਡੂੰਘਾ ਲੋਕਾਂ ਦਾ ਆਚਾਰ ਜਿਹੜਾ ਹੈ ਉਹ ਬਣਦਾ ਹੈ ਜੀ, ਠੀਕ ਹੈ। ਤਾਂ ਇਹ ਆਪਾਂ ਪੈਰਾਗ੍ਰਾਫ ਪੜ੍ਹਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਵਿੱਚ ਚੋਰੀ, ਠੱਗੀ ਅਤੇ ਬਹੁਤ ਸਾਰੇ ਅਰੈਤਿਕ ਕੰਮਾਂ ਕਰਨ ਦੇ ਬਾਰੇ ਚਰਚਾ ਕੀਤੀ ਗਈ ਆ ਔਰ ਉਹਦੇ ਉਹਨਾਂ ਸਾਰੇ ਚੋਰੀ ਠੱਗਿਆਂ ਦੇ ਜੋ ਅਰੈਤਿਕ ਕੰਮ ਹੈ ਉਹਨਾਂ ਦੇ ਵਿੱਚ ਰਿਸ਼ਤਿਆਂ ਦੀ ਜਿਹੜੀ ਤਾਂਘ ਹੈ ਉਹ ਬੜੀ ਹੀ ਜਿਹੜੀ ਹੈ ਘੱਟ ਹੁੰਦੀ ਜਾ ਰਹੀ ਹੈ, ਮੋਹ ਪਿਆਰ ਜਿਹੜਾ ਹੈ ਘੱਟਦਾ ਜਾ ਰਿਹਾ। ਇਸ ਬਾਰੇ ਜਿਹੜੀ ਹੈ ਮੁੱਖ ਮੰਤਵ ਜਾਂ ਮੁੱਖ ਵਿਚਾਰ ਦੇ ਉੱਪਰ ਚਰਚਾ ਕੀਤੀ ਗਈ ਆ। ਆਓ ਆਪਾਂ ਇਹਨਾਂ ਦੇ ਪ੍ਰਸ਼ਨਾਂ ਦੀ ਜਾਣਕਾਰੀ ਹੈ ਉੱਤਰ ਦੇ ਰੂਪ ਦੇ ਵਿੱਚ ਦੇਖਦੇ ਹਾਂ ਜੀ। ਪ੍ਰਸ਼ਨ ਨੰਬਰ 31 ਤੁਹਾਡੇ ਸਾਹਮਣੇ ਹੈ, ਜਿੱਥੇ ਜ਼ਿੰਦਗੀ ਦੀਆਂ ਕੀਮਤਾਂ ਸ਼ਖਸੀ ਹਨ ਉੱਥੇ ਹਰ ਕੋਈ ਕੀ ਕਰਦਾ ਹੈ? ਆਪਸ਼ਨ ਹੈ ਆਪਣੇ ਕੋਲ ਰਿਸ਼ਵਤ ਦੇ ਕੇ ਕੰਮ ਕਰਦਾ ਹੈ, ਧੋਖਾ ਦੇਣ ਘੱਟ ਤੋਲਣ ਲਈ ਪ੍ਰੇਰਿਆ ਜਾਂਦਾ ਹੈ, ਕੋਟਾ ਵੇਚਣ ਅਤੇ ਚੋਰੀਆਂ ਕਰਨ ਲਈ ਪ੍ਰੇਰਨਾ ਲੈਂਦਾ ਹੈ। ਤਾਂ ਇਹ ਸਾਰੀਆਂ ਗੱਲਾਂ ਇਸ ਦੇ ਵਿੱਚ ਸ਼ਾਮਿਲ, ਆਪਾਂ ਜਿਹੜੀ ਡਿਸਕਸ ਕੀਤੀ ਆ, ਪੜ੍ਹੀ ਆ, ਸਮਝੀਏ, ਤਾਂ ਇਸਦਾ ਆਂਸਰ ਫਿਰ ਡੀ ਆਪਸ਼ਨ ਆਵੇਗਾ। ਉਪਰੋਕਤ ਪਹਿਰੇ ਦਾ ਟੁਕਮਾ ਸਿਰਲੇਖ ਕੀ ਹੋ ਸਕਦਾ ਹੈ? ਤਾਂ ਇਸਦਾ ਆਂਸਰ ਹੈ ਜੀ ਫਸਟ ਆਪਸ਼ਨ, ਜ਼ਿੰਦਗੀ ਦੀਆਂ ਕੀਮਤਾਂ ਦਾ ਸੱਚ।
इस पैरे विच दो रुकती समास की है जी। दो रुकती जिहड़ा शब्द का अर्थ है कि जिस शब्द का जोड़े दे विच जिवें समासी शब्द की गल करते हैं तो उस दे विच दोहराव होना चाहिए। तो दोहराव सिर्फ किहड़ी ऑप्शन दे विच आया, पत्ता पत्ता। एक जिहड़ा शब्द का दोहराव इस विच होया उसनू दो रुकती समास कहा जाता है। जिहड़ा है समास शब्द काफ़ी इंपोर्टेंट है, सी टेट दे विच लगातार आ रहा है और उम्मीद है कि इस बार पी टेट दे विच भी यह समासी शब्द पूछा जाएगा। हेठ दिते शब्दों विचों किहड़ा शब्द उर्दू भाषा का नहीं है, जिहदे विच कुछ शब्द हैं ये स्टूडेंट्स के तजर्बे के अनुसार जिहड़ा है प्रश्न का उत्तर दे सकते हैं। तो इसका जिहड़ा आंसर है जी वो सस्सा ऑप्शन है, भरपूरता। बाकी सारे उर्दू भाषा के शब्द हैं। मिलवर्तन शब्द का पिछेत्र किहड़ा है जी, हर बार पेपर के पिछेत्र ते अगेत्र शब्द आ जाते हैं तो स्टूडेंट्स नूं इन्हां दे बारे भी खास जानकारी होनी चाहिए है। तो इसका जिहड़ा पिछेत्र शब्द है वह अण है जी, एड़ा ऑप्शन। अगे है प्रश्न नंबर 36, मनुखी रिश्तों में वाधे का कोई अंत नहीं रहिंदा, कदों नहीं रहिंदा जी? तो यह आपां गल पढ़ी सी, मनुख होर बारे घट सोचता है, मनुखता मिलवर्तन के चुमना पुज जाती है, मनुख शख्सी कीमतों तक सीमित रहिंदा है, इन्हां विचों कोई नहीं। तो इस दे विच आंसर आएगा जी सैकेंड ऑप्शन, मनुखता मिलवर्तन के चमना पुज जाती है। नैक्सट, लेखक अनुसार लोगों के आचार की डूंगाई किस चीज़ पर निर्भर करती है? मनुख का संघर्ष, मनुखी रिश्तों के जोड़मेल, मनुख का नफरत, इन्हों कोई नहीं। तो इसका आंसर जिमें कि आप पैराग्राफ के भी पढ़िया, मनुखी रिश्तों का जोड़मेल। अगे एक कविता है जी, एक कविता बहुत ही मशहूर हुई है जो कि अपने पेपर जिहड़ा है एक खास अंग भी बनी है। तो कविता क्यों आउंदी है पेपर दे विच, इहदे भी अपने बारे थोड़ी बहुत जानकारी मैं दे दवां कि जो अध्यापक बनन जा रहा है तो वह बच्चों का सर्वपक्षी विकास करना, उन्होंने तो सर्वपक्षी विकास करन दे विच साहित एक खास जिहड़ी है अपना रोल अदा करता है। साहित दे विच दो भाग हुंदे है, जिवें कि आपां पहले भाग की गल करिए पद जिसनों कविता कह दें, तो दूसरा भाग गद जां वार्तक, जिहड़ा पहला रचना है कहानी एकांकी जिहड़ा है वह वार्तक का भाग है, तो कविता जिहड़ा है वह पहले भाग का नाम है जी। तो भाषा को किस तरीके आपां प्रयोग करना है, किस तरीके सुरताल नाल ढंग नाल पढ़ना है, पेश करना है, जां अपने मन के विचारों पेश करना है, ठीक है? तो इस कविता जिहड़ी है किसी कवि के मन के भावों को ही जिहड़ी है पेश करती है। तो बच्चे इस इन्हां भावों को किस हद तक समझते हैं, ये जिहड़ा इस करके ही पेपर के आउंदी है जी। इस दे विच आपां पढ़ते हैं फिर इसनों, सुपने विच तुसी मिले असानू, असां ता गलवकड़ी पाई, मेरा नूर तुसी हथ ना आए, साडी कंबदी रही कलाई, ता चरना ते सीस निवाया, साडे मत्थे छो ना पाई, तुसी उच्चे असी नीवें सां, साडी पेश ना गईआं काई, फिर लड़ फड़ने नूं उठ दौड़े पर लड़ ओ बिजली लहरां, उड़दा जांदा पर ओ अपनी, एक छू सानू गया लाई, मिट्टी चमक पई ए मोई, ते तुसी लूआं विच लिशके, बिजली कुंद गई थर थरांदी, हुण चका चूंद है छाई। एक कविता है, इस दे विच आपां समझण दी कोशिश कीती है। तां प्रश्न देखो किहड़ा फिर इहदे विच, इस कविता विच किस थीम की पेशकारी की गई है, थीम मतलब विषय वस्तु जां मेन मुद्दा किस दे उपर इहदे विच पेश कीता गया जी? तो यह कीता गया जी अध्यात्मक, इत्थे अध्यापक लिखा गया, अध्यात, ठीक है? तो आंसर आएगा अध्यात्मक जी। अगे है प्रश्न नंबर 1, कविता किस काव्य विधा विच संबंधित है जी? ता ए प्रगतिक है जी, जां प्रगतिवादी नाल जुड़ी हुई है। मिट्टी चमक पई ए मोई तो की भाव है? इसका आंसर है जी सस्सा ऑप्शन, शरीर विच हरकत आउणी। नैक्सट है, लूआं तो की भाव है? तो ये जो भाव जो किसी शब्द का अर्थ पूछा जाए तो वह आपां अपनी मर्जी नाल नहीं देना हुंदा, ये जो कविता के जो भाव है उन्होंने अनुसार ही आंसर देना होंगे। इसका आंसर आएगा रोम रोम।
ਇਹ ਕਵਿਤਾ ਕਿਸ ਕਵੀ ਦੀ ਰਚਨਾ ਹੈ? ਤਾਂ ਇਹ ਮੈਂ ਨਾਮ ਪਹਿਲਾਂ ਦੱਸਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਪਤਾ ਸੀ ਇਹ ਪੇਪਰ ਦੇ ਵਿੱਚ ਆਂਸਰ ਦੇ ਵਿੱਚ ਪੁੱਛਿਆ ਜਾਏਗਾ, ਤਾਂ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਨਹੀਂ। ਤਾਂ ਇਹ ਜਿਹੜਾ ਹੈ ਇਸਦਾ ਆਂਸਰ ਹੈ ਭਾਈ ਵੀਰ ਸਿੰਘ ਦੀ। ਇਹ ਬਹੁਤ ਹੀ ਪ੍ਰਸਿੱਧ ਰਚਨਾ ਹੈ ਜੀ। ਇਸ ਕਵਿਤਾ ਵਿੱਚ ਕਵੀ ਦੀ ਕਿਸ ਇੱਛਾ ਪੂਰਤੀ ਨੂੰ ਦਰਸਾਇਆ ਗਿਆ ਹੈ ਜੀ? ਤਾਂ ਉਹ ਦਰਸਾਇਆ ਗਿਆ ਜੀ ਪ੍ਰਭੂ ਮਿਲਾਪ ਦੇ ਨਾਲ। ਇਸ ਕਵਿਤਾ ਦੀ ਕਿਸ ਅਵਸਥਾ ਨੂੰ ਪੇਸ਼ ਕਰਦੀ ਹੈ? ਤਾਂ ਉਹ ਕਰਦੀ ਹੈ ਜੀ ਸੁਪਨਮਈ। ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਇਹ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਗਈ ਸੀ। ਮੇਰਾ ਨੂਰ ਤੁਸੀਂ ਹੱਥ ਨਾ, ਇਸ ਪੰਕਤੀ ਦਾ ਅਰਥ ਕੀ ਹੈ ਜੀ? ਇਸਦਾ ਅਰਥ ਹੈ ਜੀ ਪਰਮਾਤਮਾ ਪ੍ਰਕਾਸ਼ ਹੈ ਜਾਂ ਪ੍ਰਕਾਸ਼ਵਾਨ ਹੈ। ਅੱਗੇ ਉਸ ਤੋਂ ਬਾਅਦ ਪੈਡਾਗੋਗੀ ਦੇ ਜਿਹੜੇ ਹੈ ਪ੍ਰਸ਼ਨ ਸ਼ੁਰੂ ਹੁੰਦੇ ਹੈ। ਗੁਰਮੁਖੀ ਲਿਪੀ ਵਿੱਚ ਪੈਰ ਵਿੱਚ ਬਿੰਦੀ ਵਾਲੇ ਵਰਣ ਕਿਹੜੀ ਭਾਸ਼ਾ ਨਾਲ ਸੰਬੰਧ ਰੱਖਦੇ ਹਨ? ਤਾਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਜੀ ਉਹ ਫਾਰਸੀ ਤੋਂ ਲੈ ਗਏ ਹਨ, ਸੱਸਾ ਪੈਰ ਬਿੰਦੀ ਤੋਂ ਲੈ ਕੇ ਲੱਲਾ ਪੈਰ ਬਿੰਦੀ ਤੱਕ। ਭਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਅੰਗ ਕੀ ਹੈ? ਤਾਂ ਇਸ ਪ੍ਰਸ਼ਨ ਦੇ ਉੱਪਰ ਕੇਸ ਵੀ ਲੱਗਿਆ ਸੀ। ਤਾਂ ਇਸਦਾ ਜਿਹੜਾ ਸਹੀ ਜਵਾਬ ਆਏਗਾ ਸੱਸਾ ਆਪਸ਼ਨ ਉਪਰੋਕਤ ਸਾਰੇ। ਸੰਚਾਰ ਮਤਲਬ ਇੱਕ ਥਾਂ ਤੋਂ ਦੂਜੀ ਥਾਂ ਭਾਸ਼ਾ ਟ੍ਰਾਂਸਫਰ ਕਿਵੇਂ ਹੁੰਦੀ ਹੈ ਜੀ? ਬੋਲ ਦੁਆਰਾ ਵੀ, ਇਸ਼ਾਰੇ ਦੁਆਰਾ ਵੀ, ਅਤੇ ਹਾਵ ਭਾਵ ਦੁਆਰਾ। ਨਾਸਿਕਤਾ ਦਾ ਧੁਨੀ ਪ੍ਰਵਰ ਕੀ ਹੈ ਜੀ? ਨਾਸਿਕਤਾ ਨੱਕ ਦੁਆਰਾ ਜਿਹੜਾ ਹੈ ਉਹ ਉਚਾਰਨ ਕੀਤਾ ਜਾਂਦਾ, ਜਿਵੇਂ ਕਿ ਬਿੰਦੀ ਅਤੇ ਟਿੱਪੀ, ਤਾਂ ਫਿਰ ਉਹ ਅਖੰਡੀ ਧੁਨੀਆਂ ਹਨ ਜੀ। ਵਿਆਕਰਨ ਦੀਆਂ ਹੇਠ ਲਿਖੀਆਂ ਪਰਿਭਾਸ਼ਾ ਵਿੱਚੋਂ ਕਿਹੜੀ ਠੀਕ ਹੈ? ਵਿਆਕਰਨ ਭਾਸ਼ਾ ਨੂੰ ਠੀਕ ਤਰ੍ਹਾਂ ਲਿਖਣਾ ਸਿਖਾਉਣ ਦੀ ਵਿਧੀ ਹੈ। ਵਿਆਕਰਨ ਭਾਸ਼ਾ ਦੇ ਨਿਯਮਾਂ ਦਾ ਗਿਆਨ ਹੈ ਜਿਸ ਰਾਹੀਂ ਹਰ ਕਿਸਮ ਦਾ ਸੰਚਾਰ ਠੀਕ ਢੰਗ ਨਾਲ ਕਰਨਾ ਸਿੱਖਦੇ ਹਾਂ। ਵਿਆਕਰਨ ਭਾਸ਼ਾ ਦੇ ਉਹ ਨਿਯਮ ਹਨ ਜਿਨ੍ਹਾਂ ਬਾਰੇ ਹਰ ਵਿਅਕਤੀ ਸੁਚੇਤ ਹੁੰਦਾ ਹੈ। ਵਿਆਕਰਨ ਕਿਸੇ ਭਾਸ਼ਾ ਨੂੰ ਠੀਕ ਤਰ੍ਹਾਂ ਬੋਲਣਾ ਸਿਖਾਉਣ ਦੀ ਵਿਧੀ ਹੈ। ਤਾਂ ਇਸਦਾ ਜਿਹੜਾ ਆਂਸਰ ਆਏਗਾ ਫਿਰ ਉਹ ਆਏਗਾ ਜੀ ਦੂਸਰਾ ਆਪਸ਼ਨ। ਵਿਆਕਰਨ ਭਾਸ਼ਾ ਦੇ ਨਿਯਮਾਂ ਦਾ ਗਿਆਨ ਹੈ ਜਿਸ ਰਾਹੀਂ ਹਰ ਕਿਸਮ ਦਾ ਸੰਚਾਰ ਠੀਕ ਢੰਗ ਨਾਲ ਕਰਨਾ ਸਿੱਖਦੇ ਹਾਂ। ਹਰ ਕਿਸਮ ਦਾ ਮਤਲਬ ਬੋਲ ਕੇ ਅਤੇ ਲਿਖ ਕੇ ਵੀ। ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 50 ਦੇ ਉੱਪਰ। ਵਿਚਾਰ ਆਤਮਾ ਦੀ ਮੂਲ ਆਵਾਜ਼ ਹੈ, ਵਿਚਾਰ ਦੀ ਗੱਲ ਕੀਤੀ ਜਾ ਰਹੀ ਹੈ, ਪਰੰਤੂ ਜਦੋਂ ਇਹੋ ਹੀ ਧੁਨੀ ਆਤਮਿਕ ਹੋ ਕੇ ਬੁੱਲਾਂ ਉੱਪਰ ਪ੍ਰਗਟ ਹੁੰਦੀ ਹੈ ਤਾਂ ਇਸ ਨੂੰ ਭਾਸ਼ਾ ਦਾ ਨਾਮ ਦਿੱਤਾ ਜਾਂਦਾ ਹੈ। ਇਹ ਪਰਿਭਾਸ਼ਾ ਜਿਹੜੀ ਪੁੱਛੀ ਗਈ ਹੈ ਇਹ ਪਰਿਭਾਸ਼ਾ ਕਿਸ ਸਿੱਖਿਆ ਮਨੋਵਿਗਿਆਨੀ ਦੀ ਹੈ ਜੀ? ਤਾਂ ਇਹ ਹੈ ਜੀ ਪਲੈਟੋ ਦੀ। ਠੀਕ ਹੈ, ਤਾਂ ਇਹ ਪੇਪਰ ਕਰਾਉਣ ਦਾ ਮੇਨ ਮਕਸਦ ਵੀ ਕੀ ਹੁੰਦਾ ਹੈ, ਕੀ ਉਦੇਸ਼ ਹੁੰਦਾ ਹੈ ਕਿ ਜਿਹੜੇ ਸਟੂਡੈਂਟਸ ਪ੍ਰੀਵੀਅਸ ਪੇਪਰ ਜਿਹੜੇ ਆ ਸੋਲਵ ਕਰਦੇ ਆ ਜਾਂ ਵੀਡੀਓ ਦੁਆਰਾ ਦੇਖਦੇ ਆ ਤਾਂ ਉਹਨਾਂ ਨੂੰ ਕੰਸੈਪਟ ਕਲੀਅਰ ਹੋ ਜਾਂਦਾ ਕਈ ਸਾਰੇ। ਤਾਂ ਇੱਕ ਕੁਐਸਚਨ ਦੇ ਕੰਸੈਪਟ ਕਈ ਹੋਰ ਕਈ ਕੁਐਸਚਨ ਨੂੰ ਜਿਹੜਾ ਹੈ ਹੱਲ ਕਰਨ ਵਾਸਤੇ ਵੀ ਮਦਦ ਕਰਦੇ ਹਨ। ਠੀਕ, ਅੱਗੇ ਵਧਦੇ ਹਾਂ। ਉਚਾਰਨ ਸਥਾਨ ਤੇ ਪੱਖ ਤੋਂ ਨੰਗਾ ਤੇ ਵਾਹ ਵਾਹ ਧੁਨੀਆਂ ਦੇ ਕ੍ਰਮਵਾਰ ਲੱਛਣ ਕਿਹੜੇ ਹਨ? ਇੱਥੇ ਕਈ ਬਹੁਤ ਸਾਰੇ ਸਟੂਡੈਂਟਸ ਇਹਨਾਂ ਨੂੰ ਨਈਆਂ ਬੋਲਦੇ ਆ ਜਾਂ ਹੋਰ ਸ਼ਬਦ ਬੋਲਦੇ ਆ, ਤਾਂ ਸਹੀ ਉਚਾਰਨ ਜਿਹੜਾ ਹੈ ਇਸਦਾ ਨੰਗਾ ਹੁੰਦਾ ਹੈ ਜੀ। ਤਾਂ ਇਸਦਾ ਜਿਹੜਾ ਸਹੀ ਉਚਾਰਨ ਹੈ ਕੰਠੀ ਤੇ ਤਾਲਵੀ ਜਿਹੜਾ ਪਹਿਲਾਂ ਹੈ ਜੀ ਇਹਦਾ ਕੰਠੀ ਤੇ ਵਾਹ ਵਾਹ ਦਾ ਤਾਲਵੀ, ਵਾਹ ਵਾਹ ਤਾਲਵੀ ਹੈ ਜੀ। ਨੈਕਸਟ ਦੀਰਘ ਪਾਠ ਯੋਜਨਾ ਵੱਡੀ ਹੁੰਦੀ ਹੈ, ਤਾਂ ਦੀਰਘ ਪਾਠ ਯੋਜਨਾ ਵਿਆਪਕ ਪਾਠ ਯੋਜਨਾ ਵੀ ਇਸਨੂੰ ਕਿਹਾ ਜਾਂਦਾ ਹੈ। ਇਹ ਪੂਰਾ ਟੋਪਿਕ ਅਸੀਂ ਜਿਹੜਾ ਕਰਵਾਇਆ ਹੈ ਔਨਲਾਈਨ ਵੀ ਅਤੇ ਆਫਲਾਈਨ ਵੀ। ਜਿਹੜੇ ਸਟੂਡੈਂਟਸ ਇਸ ਟੋਪਿਕ ਦੇ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਆ ਪੂਰੀ ਡਿਟੇਲ ਦੇ ਵਿੱਚ, ਤਾਂ ਜੋ ਸਾਡੀ ਸਾਲ ਕਲਾਸ ਦੇ ਵਿੱਚੋਂ ਵੀਡੀਓ ਜੋ ਅਪਲੋਡ ਕੀਤੀ ਗਈ ਹੈ ਲਗਭਗ ਲੈਕਚਰ ਹੋਏਗਾ ਜੀ ਉਸਦਾ 7ਵਾਂ ਜਾਂ 8ਵਾਂ। ਠੀਕ, ਜੋ ਸੁਪਰ ਫਾਸਟ ਜੋ ਕੁਇਕ ਰਿਵੀਜ਼ਨ ਜਿਹੜੀ ਕਰਵਾਈ ਜਾ ਰਹੀ ਹੈ ਉਹਦੇ ਵਿੱਚ ਇਹ ਟੋਪਿਕ ਮੈਂ ਕਰਵਾਇਆ, ਤਾਂ ਉਹ ਵੀਡੀਓ ਵੇਖ ਲੈਣ ਤਾਂ ਕਿ ਇਸ ਦੇ ਨਾਲ ਜੁੜੀਆਂ ਹੋਈਆਂ ਹੋਰ ਗੱਲਾਂ ਵੀ ਜਿਹੜੀ ਹੈ ਆਪਾਂ ਨੂੰ ਪਤਾ ਲੱਗ ਜੇ, ਕਿਉਂਕਿ ਇਹ ਜਿਹੜਾ ਟੋਪਿਕ ਹੈ ਉਹ ਸਿਲੇਬਸ ਦੇ ਵਿੱਚ ਨਹੀਂ ਹੈ, ਪਰੰਤੂ ਫਿਰ ਵੀ ਇਸ ਟੋਪਿਕ ਦਾ ਜਿਹੜਾ ਕੁਐਸਚਨ ਆਇਆ ਹੋਇਆ, ਤਾਂ ਆਉਣ ਵਾਲੇ ਜਿਹੜੇ ਸਟੂਡੈਂਟਸ ਜਿਹੜੇ ਪੇਪਰ ਦੇਣ ਵਾਲੇ ਆ ਉਹਨਾਂ ਨੂੰ ਇਹਦੇ ਬਾਰੇ ਕੁਝ 10 ਗੱਲਾਂ ਹੋਰ ਵੀ ਪਤਾ ਹੋਣਾ ਚਾਹੀਦਾ ਹੈ। ਤਾਂ ਇਸਦਾ ਆਂਸਰ ਆਏਗਾ ਜੀ ਫਿਰ ਪਹਿਲਾ ਆਪਸ਼ਨ, ਸੁਖਮ ਪਾਠ ਯੋਜਨਾ ਤੋਂ ਇਹ ਵੱਡੀ ਹੁੰਦੀ ਹੈ। ਤਾਂ ਸੁਖਮ ਪਾਠ ਯੋਜਨਾ ਦਾ ਵੀ ਜਿਹੜਾ ਡਿਟੇਲ ਦੇ ਵਿੱਚ ਅਸੀਂ ਕਰ ਚੁੱਕੇ ਹਾਂ, ਠੀਕ ਹੈ, ਉਹ ਵੀ ਜਿਹੜੀ ਹੈ ਤੁਸੀਂ ਵੀਡੀਓ ਦੇਖ ਸਕਦੇ ਹੋ ਉਸੇ ਹੀ ਮਤਲਬ ਮਿਸ਼ਨ ਦੇ ਵਿੱਚ ਜੋ ਸਾਡਾ ਹੈ ਰਿਵੀਜ਼ਨ ਜਿਹੜੀ ਕਰਵਾਈ ਗਈ ਹੈ। ਅੱਗੇ ਹੈ ਪ੍ਰਸ਼ਨ ਨੰਬਰ, ਭਾਸ਼ਾ ਸਿੱਖਣ ਦੀ ਸੁਭਾਵਿਕਤਾ ਦਾ ਸਿਧਾਂਤ ਦਾ ਆਧਾਰ ਕਿਹੜਾ ਹੈ?
ਸੁਭਾਵਿਕ ਦਿਸ਼ਾ ਵਿੱਚ ਬੈਠ ਕੇ ਸਿੱਖਣਾ, ਸਿੱਖਣ ਨੂੰ ਆਪਣਾ ਸੁਭਾਅ ਬਣਾ ਲੈਣਾ, ਬੱਚੇ ਨੂੰ ਸੁਚੇਤ ਰੂਪ ਵਿੱਚ ਭਾਸ਼ਾ ਸਿਖਾਉਣਾ, ਭਾਸ਼ਾ ਦੀ ਸਿੱਖਣ ਦੀ ਸ਼ਕਤੀ ਕੁਦਰਤੀ ਹੁੰਦੀ ਹੈ ਜੀ। ਤਾਂ ਇਸਦਾ ਆਂਸਰ ਆਏਗਾ ਲਾਸਟ, ਭਾਸ਼ਾ ਨੂੰ ਸਿੱਖਣ ਦੀ ਸ਼ਕਤੀ ਜਿਹੜੀ ਹੈ ਕੁਦਰਤੀ ਹੁੰਦੀ ਹੈ, ਬੱਚੇ ਆਪਣੇ ਆਪਣੇ ਸੁਭਾਅ ਨਾਲ ਭਾਸ਼ਾ ਨੂੰ ਸਿੱਖਦੇ ਹਨ। ਤਾਂ ਇਸ ਦੇ ਨਾਲ ਹੀ ਮੈਂ ਇੱਕ ਹੋਰ ਖਾਸ ਜਾਣਕਾਰੀ ਦੇ ਦੇਵਾਂ, ਜਿਹੜੇ ਸਾਡੇ ਸਟੂਡੈਂਟਸ ਜਿਹੜੇ ਨਵੇਂ ਜੁੜੇ ਹੈ ਵੀਡੀਓ ਦੇਖ ਰਹੇ ਹੈ, ਉਹ ਸਾਵਲ ਕਲਾਸਿਸ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਜੋ ਨਵੇਂ ਨਵੇਂ ਵੀਡੀਓਜ਼ ਹਨ ਉਹ ਤੁਹਾਡੇ ਤੱਕ ਪਹੁੰਚ ਸਕੇ ਅਤੇ ਤੁਹਾਡੀ ਪੀਐਸ ਟੈਟ ਦੀ ਜਿਹੜੀ ਹੈ ਜਿਹੜੀ ਤੁਸੀਂ ਤਿਆਰੀ ਕਰ ਰਹੇ ਹੋ ਉਹਦੇ ਵਿੱਚ ਹੋਰ ਵੀ ਚੰਗਾ ਇਜ਼ਾਫਾ ਹੋ ਸਕੇ। ਜਿਹੜੇ ਸਟੂਡੈਂਟਸ ਜਿਵੇਂ ਕਿ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ, ਜਿਹੜੇ ਸਟੂਡੈਂਟ ਸਾਡੇ ਨਾਲ ਨਵੇਂ ਜੁੜੇ ਹੈ ਤਾਂ ਉਹ ਵਟਸਐਪ ਗਰੁੱਪ ਦੇ ਨਾਲ ਵੀ ਜੁੜ ਸਕਦੇ ਹੈ ਜੀ। ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ ਜੀ? ਮਨੁੱਖ ਨੂੰ ਭਾਸ਼ਾ ਸਕੂਲ ਵਿੱਚ ਜਾ ਕੇ ਹੀ ਸਿੱਖਣੀ ਪੈਂਦੀ ਹੈ। ਮਨੁੱਖ ਭਾਸ਼ਾ ਤਾਂ ਸਿੱਖ ਜਾਂਦਾ ਹੈ ਪਰ ਹਰ ਮਨੁੱਖ ਨੂੰ ਭਾਸ਼ਾ ਦੇ ਨਿਯਮਾਂ ਦੇ ਸੁਚੇਤ ਗਿਆਨ ਨਹੀਂ ਹੁੰਦਾ। ਵਿਆਕਰਨ ਦੇ ਗਿਆਨ ਤੋਂ ਬਿਨਾਂ ਮਨੁੱਖ ਭਾਸ਼ਾ ਨੂੰ ਬੋਲਣਾ ਨਹੀਂ ਸਿੱਖ ਸਕਦਾ। ਜੋ ਬੰਦਾ ਆਪਣੀ ਮਾਤਰ ਭਾਸ਼ਾ ਜਾਣਦਾ ਹੁੰਦਾ ਹੈ ਉਸਨੂੰ ਉਸਦੇ ਨਿਯਮਾਂ ਦਾ ਗਿਆਨ ਵੀ ਹੁੰਦਾ ਹੈ। ਤਾਂ ਇਸਦਾ ਜਿਹੜਾ ਆਪਾਂ ਠੀਕ ਪਾਲਣਾ ਤਾਂ ਉਹ ਆਂਸਰ ਆਏਗਾ ਦੂਸਰਾ ਜੀ। ਇਹਨਾਂ ਵਿੱਚੋਂ ਕਿਹੜਾ ਮੌਖਿਕ ਪ੍ਰਗਟਾ ਦਾ ਉਦੇਸ਼ ਹੋ ਸਕਦਾ ਹੈ? ਮੌਖਿਕ ਪ੍ਰਗਟਾ ਜੀ, ਵਿਦਿਆਰਥੀਆਂ ਅੰਦਰਲੀ ਹੀਨ ਭਾਵਨਾ ਨੂੰ ਦੂਰ ਕਰਨਾ, ਵਿਦਿਆਰਥੀਆਂ ਵਿੱਚ ਪ੍ਰਭਾਵਸ਼ਾਲੀ ਬੋਲਚਾਲ ਦਾ ਕੌਸ਼ਲ ਪੈਦਾ ਕਰਨਾ, ਸਵੈ ਪ੍ਰਗਟਾ ਦੀ ਯੋਗਤਾ ਪੈਦਾ ਕਰਨਾ, ਉਪਰੋਕਤ ਸਾਰੇ ਹੀ। ਇਸਦਾ ਸੰਤ ਆਂਸਰ ਆਏਗਾ ਜੀ ਡੀ ਆਪਸ਼ਨ, ਉਪਰੋਕਤ ਹੀ ਸਾਰੇ ਹੀ ਮੌਖਿਕ ਪ੍ਰਗਟਾ ਦੇ ਇਹ ਉਦੇਸ਼ ਹਨ। ਨੈਕਸਟ ਹੈ ਜੀ, ਲਿੰਗੂਆ ਫੋਨ ਇੱਕ ਅਜਿਹਾ ਯੰਤਰ ਹੈ ਜਿਸ ਰਾਹੀਂ ਬੱਚਿਆਂ ਨੂੰ ਲਿੰਗੂਆ ਫੋਨ ਅਤੇ ਗ੍ਰਾਮੋਫੋਨ, ਇਹ ਮੋਸਟ ਇੰਪੋਰਟੈਂਟ ਹੈ ਜੀ, ਬਹੁਤ ਵਾਰੀ ਇਹਨਾਂ ਦੇ ਪ੍ਰਸ਼ਨ ਆ ਚੁੱਕੇ ਹੈ, ਇਹ ਕਿਸ ਲਈ ਜਿਹੜੇ ਹੈ ਬੱਚਿਆਂ ਦੇ ਵਿੱਚ ਸਹਾਇਤਾ ਕਰਦੇ ਆ ਜੀ। ਸ਼ੁੱਧ ਲਿਖਤ ਸਿਖਾਈ ਜਾਂਦੀ ਹੈ, ਆਮ ਭਾਸ਼ਾ ਸਿਖਾਈ ਜਾਂਦੀ ਹੈ, ਭਾਸ਼ਾ ਸ਼ੁੱਧ ਸੁਣਾਈ ਜਾਂਦੀ ਹੈ ਜਾਂ ਸ਼ੁੱਧ ਭਾਸ਼ਾ ਸੁਣਾਈ ਜਾਂਦੀ ਹੈ ਅਤੇ ਇਹਨਾਂ ਵਿੱਚੋਂ ਕੋਈ ਨਹੀਂ, ਤਾਂ ਇਹ ਬੱਚਿਆਂ ਨੂੰ ਸ਼ੁੱਧ ਭਾਸ਼ਾ ਸੁਣਾਈ ਜਾਂਦੀ ਹੈ ਇਹਨਾਂ ਦੇ ਦੁਆਰਾ। ਭਾਸ਼ਾ ਸਿੱਖਿਆ ਬਾਰੇ ਹੇਠ ਲਿਖਿਆ ਹੈ ਕਥਨਾਂ ਵਿੱਚੋਂ ਕਿਹੜਾ ਠੀਕ ਹੈ? ਦੂਜੀ ਭਾਸ਼ਾ ਜਾਂ ਵਿਦੇਸ਼ੀ ਭਾਸ਼ਾ ਸਿੱਖਣ ਲਈ ਮਾਤ ਭਾਸ਼ਾ ਰੁਕਾਵਟ ਬਣਦੀ ਹੈ। ਜਿਸ ਨੂੰ ਮਾਤ ਭਾਸ਼ਾ ਆਉਂਦੀ ਹੈ ਉਸਨੂੰ ਹੋਰ ਭਾਸ਼ਾ ਸਿੱਖਣ ਦੀ ਕੋਈ ਲੋੜ ਨਹੀਂ। ਦੂਜੀ ਜਾਂ ਵਿਦੇਸ਼ੀ ਭਾਸ਼ਾ ਸਿੱਖਣ ਦਾ ਇੱਕੋ ਇੱਕ ਤਰੀਕਾ ਸਕੂਲ ਅਤੇ ਘਰ ਵਿੱਚ ਉਹੀ ਭਾਸ਼ਾ ਬੋਲਣਾ ਹੈ। ਮਾਤਰ ਭਾਸ਼ਾ ਠੀਕ ਤਰ੍ਹਾਂ ਨਾਲ ਸਿੱਖਣ ਉਪਰੰਤ ਹੀ ਕੋਈ ਹੋਰ ਭਾਸ਼ਾ ਠੀਕ ਤਰ੍ਹਾਂ ਨਾਲ ਸਿੱਖੀ ਜਾ ਸਕਦੀ ਹੈ। ਤਾਂ ਇਸਦਾ ਆਂਸਰ ਆਏਗਾ ਡੀ ਆਪਸ਼ਨ, ਮਾਤਰ ਭਾਸ਼ਾ ਠੀਕ ਤਰ੍ਹਾਂ ਨਾਲ ਸਿੱਖਣ ਉਪਰੰਤ ਹੀ ਕੋਈ ਹੋਰ ਭਾਸ਼ਾ ਠੀਕ ਤਰ੍ਹਾਂ ਨਾਲ ਸਿੱਖੀ ਜਾ ਸਕਦੀ ਹੈ। ਨੈਕਸਟ, ਸਿੱਖਿਆ ਇੱਕ ਗਤੀਸ਼ੀਲ ਕਿਰਿਆ ਹੈ ਇਸ ਲਈ ਪਾਠਕ੍ਰਮ ਦਾ ਸਰੂਪ ਕਿਹੋ ਜਿਹਾ ਹੋਣਾ ਚਾਹੀਦਾ ਹੈ ਜੀ? ਸਥਾਈ ਰੂਪ ਜਿਸ ਵਿੱਚ ਜਲਦੀ ਤਬਦੀਲੀ ਨਾਲ ਸੁਧਾਰ ਹੋ ਸਕੇ, ਵਿਸ਼ਾਲ ਪਾਠਕ੍ਰਮ ਹੋਵੇ, ਵਿਸ਼ੇ ਨਾਲ ਸੰਬੰਧਿਤ ਹੋਵੇ। ਤਾਂ ਇਸਦਾ ਆਂਸਰ ਆਏਗਾ ਜੀ ਸੈਕਿੰਡ ਆਪਸ਼ਨ, ਜਿਸ ਵਿੱਚ ਜਲਦੀ ਤਬਦੀਲੀ ਨਾਲ ਸੁਧਾਰ ਹੋ ਸਕੇ, ਕਿਉਂਕਿ ਗਤੀਸ਼ੀਲ ਹੈ, ਮੌਕੇ ਅਤੇ ਸਥਿਤੀ ਦੇ ਅਨੁਸਾਰ ਜਾਂ ਸਮੇਂ ਦੇ ਅਨੁਸਾਰ ਜੋ ਜੋ ਸਮਾਜ ਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਤਾਂ ਉਸਦੇ ਅਨੁਸਾਰ ਹੀ ਬੱਚੇ ਦਾ ਪਾਠਕ੍ਰਮ ਉਹਨਾਂ ਦੀਆਂ ਲੋੜਾਂ ਦੇ ਅਨੁਸਾਰ ਹੈ ਜਿਹੜਾ ਉਹਦੇ ਵਿੱਚ ਜਿਹੜੀ ਮੌਕੇ ਦੇ ਅਨੁਸਾਰ ਤਬਦੀਲੀ ਕੀਤੀ ਜਾ ਸਕੇ ਅਜਿਹਾ ਹੋਣਾ ਚਾਹੀਦਾ ਹੈ। ਸ਼ਬਦਾਂ ਦੇ ਮੂਲ ਨੂੰ ਜਾਣਨ ਲਈ ਕਿਸ ਕਿਸਮ ਦਾ ਕੋਸ਼ ਵਧੇਰੇ ਸਹਾਈ ਹੋਵੇਗਾ? ਤਾਂ ਇਸਦਾ ਆਂਸਰ ਆਏਗਾ ਫਸਟ ਆਪਸ਼ਨ, ਵਿਸ਼ਵ ਕੋਸ਼। ਜੇ ਤੁਸੀਂ ਕਿਸੇ ਬੁੱਕਸ ਨੂੰ ਫੋਲੋ ਕਰ ਰਹੇ ਹੋ ਉਸਦੇ ਵਿੱਚ ਆਂਸਰ ਇਸਦਾ ਗਲਤ ਦਿੱਤਾ ਹੋਇਆ। ਭਾਸ਼ਾ ਸਿੱਖਿਆ ਵਿੱਚ ਕੌਸ਼ਲਾਂ ਦੀ ਸਿਖਲਾਈ ਲਈ ਕਿਸ 'ਚ ਸੁਧਾਰ ਹੋਣਾ ਚਾਹੀਦਾ ਹੈ? ਕੌਸ਼ਲਾਂ ਦੀ ਸਿਖਲਾਈ ਲਈ ਬੋਲਣ ਨਿਪੁੰਨਤਾ, ਕੌਸ਼ਲਾਂ ਦੀ ਸਿਖਲਾਈ ਪ੍ਰਕਿਰਿਆ ਦੌਰਾਨ ਤਰੁੱਟੀਆਂ ਅਤੇ ਦੋਸ਼ਾਂ ਦਾ ਨਿਵਾਰਨ, ਸੁਣਨ ਪੜ੍ਹਨ ਦੋਸ਼, ਲਿਖਤ ਸੁਲੇਖ ਜੀ। ਤਾਂ ਇਸਦਾ ਆਂਸਰ ਆਏਗਾ ਦੂਸਰਾ ਆਪਸ਼ਨ, ਕੌਸ਼ਲਾਂ ਦੀ ਸਿਖਲਾਈ ਪ੍ਰਕਿਰਿਆ ਦੌਰਾਨ ਤਰੁੱਟੀਆਂ, ਤਰੁੱਟੀਆਂ ਮਤਲਬ ਗਲਤੀਆਂ ਦੇ ਦੋਸ਼ਾਂ ਦਾ ਨਿਵਾਰਨ, ਨਿਵਾਰਨ ਮਤਲਬ ਉਪਚਾਰ ਜਾਂ ਹੱਲ ਜਿਹੜਾ ਹੋਣਾ ਚਾਹੀਦਾ ਹੈ ਜੀ। ਠੀਕ ਜੀ ਸਟੂਡੈਂਟਸ, ਤਾਂ ਇਹ ਸੀ 2015 ਦਾ ਸੈਕਿੰਡ ਪੇਪਰ ਦਾ ਜੋ ਆਪਾਂ ਡਿਸਕਸ ਕੀਤਾ ਹੈ, ਔਰ ਇਹ ਸਟੂਡੈਂਟਸ ਜਿਹੜੇ ਹੈ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਤੋਂ ਜਿਹੜਾ ਹੈ ਲਿੰਕ ਜਿਹੜਾ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਹੈ ਕੋਈ ਫਾਇਦਾ ਹੋ ਸਕੇ ਜੀ। ਤਾਂ ਜੋ ਸੀ ਟੈਟ ਪਟਵਾਰੀ ਅਤੇ UGC ਨੈਟ ਦੀ ਮਾਸਟਰ ਕੈਡਰ ਦੀ ਜੋ ਕੋਰਸ ਦੀ ਜਿਹੜੀ ਹੈ ਜਾਣਕਾਰੀ ਮੈਂ ਤੁਹਾਨੂੰ ਦੇ ਚੁੱਕਿਆ, ਉਹ ਸਾਰੇ ਔਫਲਾਈਨ ਅਤੇ ਔਨਲਾਈਨ ਸ਼ੁਰੂ ਹੋ ਚੁੱਕੇ ਆ। ਜਿਹੜੇ ਸਟੂਡੈਂਟਸ ਠੀਕ ਹੈ ਇਹਨਾਂ ਕੋਰਸ ਦੀ ਜੋ ਹੈ ਤਿਆਰੀ ਕਰਨਾ ਚਾਹੁੰਦੇ ਹੈ ਤਾਂ ਸਾਲੋ ਕਲਾਸਿਸ ਦੇ ਇਸ ਜੋ ਸਕਰੀਨ ਦੇ ਉੱਪਰ ਤੁਸੀਂ ਦੇਖੇ ਹੈ ਮੋਬਾਈਲ ਨੰਬਰ, ਉਸਦੇ ਉੱਪਰ ਕੰਟੈਕਟ ਕਰਕੇ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਲੈ ਕੇ ਉਸ ਨਾਲ ਤੁਸੀਂ
ਆਪਣਾ ਜਿਹੜਾ ਕੋਰਸ ਸ਼ੁਰੂ ਵੀ ਕਰ ਸਕਦੇ ਹੋ। ਠੀਕ ਜੀ ਸਟੂਡੈਂਟਸ, ਇਸ ਦੇ ਨਾਲ ਹੀ ਆਪਾਂ ਇੱਕ ਹੋਰ ਜਿਹੜੀ ਜਾਣਕਾਰੀ ਹੈ, ਜਿਹੜੇ ਸਟੂਡੈਂਟਸ ਨਵੇਂ ਹੈ ਦੇਖ ਰਹੇ ਆ ਵੀਡੀਓ, ਅਗਰ ਉਹ ਵਟਸਐਪ ਬ੍ਰੋਡਕਾਸਟ ਜੋ ਸਾਵਲ ਕਲਾਸਿਸ ਦੇ ਵੱਲੋਂ ਸਰਵਿਸ ਦਿੱਤੀ ਜਾ ਰਹੀ ਹੈ, ਫਰੀ ਆਫ ਕੋਸਟ ਹੈ ਜੀ, ਇਸ ਨਾਲ ਕੋਈ ਇਹਦਾ ਕੁਝ ਖਰਚਾ ਨਹੀਂ ਹੈ, ਉਸ ਨਾਲ ਜੁੜਨਾ ਚਾਹੁੰਦੇ ਹਾਂ ਔਰ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸਪੀਚ ਐਟ ਦੇ ਬਾਰੇ, ਤਾਂ ਆਪਣਾ ਨੇਮ, ਸਿਟੀ ਨੇਮ, ਜਾਂ ਤੁਹਾਡਾ ਪੇਪਰ ਹੈ ਫਸਟ, ਪੇਪਰ ਸੈਕੰਡ, ਐਸ ਐਸ ਟੀ ਕੰਬੀਨੇਸ਼ਨ ਹੈ ਜਾਂ ਮੈਥ ਸਾਇੰਸ ਹੈ, ਤਾਂ ਵਟਸਐਪ ਮੈਸੇਜ ਦੇ ਵਿੱਚ ਇਹ ਜਾਣਕਾਰੀ ਟਾਈਪ ਕਰਕੇ ਇਸ ਮੋਬਾਈਲ ਨੰਬਰ ਦੇ ਉੱਪਰ ਤੁਸੀਂ ਸੈਂਡ ਕਰਨਾ ਹੈ ਵਟਸਐਪ ਮੈਸੇਜ ਜੀ, ਤਾਂ ਫਰੀ ਆਫ ਕੋਸਟ ਤੁਸੀਂ ਉਸ ਸਰਵਿਸ ਨਾਲ ਜੁੜ ਕੇ ਵੀ ਹੋਰ ਬਹੁਤ ਸਾਰੇ ਫਾਇਦੇ ਲੈ ਸਕਦੇ ਹੋ। ਠੀਕ ਹੈ ਸਟੂਡੈਂਟਸ, ਮਿਲਦੇ ਹਾਂ ਫਿਰ ਆਪਾਂ ਇੱਕ ਹੋਰ ਨਵੇਂ ਜਿਹੜੇ ਹੈ ਪੇਪਰ ਦੇ ਡਿਸਕਸ਼ਨ ਦੇ ਨਾਲ। ਥੈਂਕ ਯੂ ਵੈਰੀ ਮੱਚ।